ਕੰਮ ਤਾਂ ਕੋਈ ਵੀ ਹੋਵੇ ਕਰਨਾ ਔਖਾ ਹੀ ਆ ਸਿਰਫ ਗੱਲਾਂ ਕਰਨੀਆਂ ਸੌਖੀਆਂ ਆ ਤੇ ਸੋਸ਼ਲ ਮੀਡੀਆ ਤੇ ਬੈਠ ਕੇ ਕਮੈਂਟ ਕਰਨੇ ਤੇ ਰੋਲਾ ਪਾਉਣਾ ਪ੍ਰੈਕਟੀਕਲ ਤੇ ਥਿਉਰੀ ਚ ਬੜਾ ਫਰਕ ਆ ਆ ਜਨਾਬ ਤਮਾਕੂ ਆ ਇਹਦਾ ਤਰੀਕੇਕਾਰ ਤਾਂ ਖਾਲਸ ਸਾਹਿਬ ਤੋਂ ਪੁੱਛਦੇ ਇਹ ਮਹਾਰਾ ਇਸ ਕੰਮ ਦੇ ਲੇਕਿਨ ਮੈਂ ਜਿਹੜਾ ਦੇਖਿਆ ਇਹ ਤਮਾਕੂ ਵਢਣ ਤੋਂ ਬਾਅਦ ਮੀ ਆ ਗਿਆ ਇਹਨੂੰ ਜਨਾਬ ਚੋਕੇ ਅੰਦਰ ਰੱਖਦਾ ਫਿਰ ਦੈਨ ਨਿਕ ਰਾਇ ਨੂੰ ਬਾਹਰ ਕੱਢਤਾ ਇਦਾਂ ਕਰਦੇ ਆਂ ਕਰਾਉਂਦੇ ਆ ਫਿਰ ਇਹਨਾਂ ਨੇ ਇਹਨੂੰ ਦੱਬੂ ਦਿੱਤਾ ਅੱਜ ਇਹ ਸ਼ਾਇਦ ਆਖਰੀ ਮਰਾਹਲ ਚਾ ਹੁਣ ਇਹਨੂੰ ਨਾ ਹਵਾ ਲਵਾ ਰਹੇ ਆ ਜਾਂ ਧੁੱਪ ਲਵਾ ਰਹੇ ਆ ਪੁੱਛ ਲੈਣੇ ਆ ਉਤੋਂ ਬਾਅਦ ਇਹਨਾਂ ਨੇ ਦੱਬਣਾ ਖਾਲਸ ਸਾਹਿਬ ਸਲਾਮ ਅਲੈਕਮ ਵਾਲੇਕਮ ਸਲਾਮ ਜੀ ਜਰਾ ਉੱਚੀ ਬੋਲਿਓ ਮਾਈਕ ਹੈ ਨਹੀਂਗਾ ਮੈਨੂੰ ਇਹ ਦੱਸੋ ਜੀ ਇਹ ਜਿਹੜਾ ਤਮਾਕੂ ਆ ਹਾਂਜੀ ਇਹਨੂੰ ਹੁਣ ਤੁਸੀਂ ਕੀ ਕਰਨਾ ਇਹਨੂੰ ਜੀ ਸੁਕਾਉਣਾ ਅੱਛਾ ਹੁਣ ਸੁਕਾਉਣਾ ਇਹ ਜੇ ਸਾਡੇ ਸੁੱਕ ਜਾਣਾ ਜੀ ਹਾਂਜੀ ਜੇ ਇਹਦੀ ਆ ਚੀਜ਼ ਮੁੱਕ ਜਾਏਗੀ ਦੋ ਚੀਜ਼ਾਂ ਇੱਕ ਫਿਰ ਆ ਜਿਹੜੀ ਡੰਡੀ ਆ ਨਾ ਜੀ ਹਾਂਜੀ ਇਹ ਸੁੱਕਣ ਹੋ ਜਾਏਗੀ ਸਹੀ ਤਰੀਕੇ ਨਾਲ ਆ ਜਿਹੜੀ ਆਕੜ ਜੂ ਹਾਂਜੀ ਹਾਂਜੀ ਇਹ ਸੁੱਕੀ ਹੋਏਗੀ ਨਾ ਹਾਂ ਇਹ ਫਿਰ ਦੱਬੂਏ ਨੂੰ ਹੁਣ ਦੱਬੂ ਦੇ ਕੇ ਹੁਣ ਸੁੱਕਣੇ ਪਾਤਾ ਫਿਰ ਅੱਛਾ ਦੱਬੂ ਤੋਂ ਬਾਅਦ ਸੁੱਕਣਾ ਪਾਇਆ ਅੱਛਾ ਚੰਗੀ ਤਰ੍ਹਾਂ ਸੁੱਕ ਜਾਏਗਾ ਨਾ ਹਾਂਜੀ ਇਹਦੀ ਇੱਕ ਚੀਜ਼ ਆ ਠੀਕ ਹੋ ਜਾਏਗੀ ਜਿਹੜੀ ਹਰਿਆਈ ਆ ਇਹ ਖਤਮ ਹੋ ਜਾਏਗੀ ਹਰਿਆਈ ਵੀ ਖਤਮ ਹੋ ਜੂ ਸੁੱਕ ਕੇ ਅੱਛਾ ਜਲਦੀ ਵੀ ਇਹਦੀ ਸੁੱਕ ਜਾਏਗੀ ਪੱਤੇ ਦੀ ਪੱਤੇ ਦੀ ਡੰਡੀ ਸੁੱਕ ਜਾਊਗੀ ਜਦੋਂ ਪੱਤੇ ਦੀ ਡੰਡੀ ਸੁੱਕ ਜਾਏ ਨਾ ਤੇ ਤਣੇ ਦੀ ਹਰਿਆਈ ਮੁੱਕ ਜੂ ਹਾਂਜੀ ਫਿਰ ਸਵਾਦ ਇਹਦਾ ਹੋਰ ਹੋ ਜਾਂਦਾ ਸਵਾਦ ਸਹੀ ਹੋ ਜਾਂਦਾ ਪਚਾਣ ਨਹੀਂ ਮਾਰਦਾ ਜੇ ਪਚਾਣ ਨਹੀਂ ਮਾਰੂਗਾ ਸਵਾਦ ਆਉਂਦਾ ਉਹ ਨਹੀਂ ਆਉਂਦਾ ਠੀਕ ਆ ਇਹ ਹੁਣੇ ਸੁੱਕ ਜਾਏਗਾ ਤੇ ਫਿਰ ਇਹਨੂੰ ਟੋਏ 'ਚ ਦੱਬਾਂਗੇ ਨਾ ਜੀ। ਅੱਛਾ ਫਿਰ ਟੋਏ 'ਚ ਦੱਬ ਦੇਣਾ। ਹਾਂ ਜੀ ਟੋਏ 'ਚ ਦੱਬ ਕੇ ਤੇ ਫਿਰ ਇਹ ਬੜਨਾ ਚੰਗਾ ਸੁੱਕ ਜਾਏ। ਹਾਂ ਜੀ ਤੇ ਫਿਰ 8-10 ਦਿਨ ਬਾਅਦ ਕਰਨਾ। ਅੱਛਾ। ਜੇ ਥੋੜਾ ਸੁੱਕੇ ਤੇ ਫਿਰ 6 ਦਿਨ ਬਾਅਦ ਕੱਢ ਲੈਣਾ। ਅੱਛਾ। ਫਿਰ ਇਹਦਾ ਖੱਬੜ ਨਹੀਂ ਟੁੱਟੇਗਾ, ਵੱਟ ਦਿਆਂ। ਅੱਛਾ। ਨਹੀਂ ਤੇ ਇਹਦਾ ਖੱਬੜ ਵਰਨਾ ਟੁੱਟ ਜਾਏਗਾ। ਖੱਬੜ ਨਹੀਂ ਵੱਟ ਹੋਏਗਾ। ਅੱਛਾ। ਖਬਰ ਫੇਰ ਵਟ ਹੋਏਗਾ ਠੀਕ ਜਦੋਂ ਇਹ ਸੁੱਕ ਜਾਏਗਾ ਨਟੋਏ ਚ ਦੇ ਦਿਓ ਅੱਛਾ ਜੀ ਤੇ ਫੇਰ ਇਹ ਖਬਰ ਇੱਕ ਤੇ ਸਹੀ ਰਹੇਗਾ ਇੱਕ ਆ ਵੇਖੋ ਨਾ ਆ ਡੰਡੀ ਜੜੀ ਆ ਇਹ ਇਹ ਦੀਸਦੀ ਹਾਂਜੀ ਇਹਨੂੰ ਜੇਸਲੇ ਵਟ ਚੜਨਾ ਹਾਂਜੀ ਉਸਲੇ ਇਥੋਂ ਮਰੋੜਾ ਇੰਜ ਖਾ ਜਾਣਾ ਤੇ ਇਹ ਲੋ ਠੀਕ ਆ ਹਾਂਜੀ ਹਾਂਜੀ ਇਹ ਜਿਹੜੀ ਡੰਡੀ ਆ ਇਹ ਮਰੋੜਾ ਜਿੰਨਾ ਮਰਜ਼ੀ ਦਿਓ ਇਹ ਇਹਦਾ ਖੱਪੜ ਵਟ ਜਾਣਾ ਖੱਪੜ ਵਟ ਜਾ ਜਾ ਠੀਕ ਹੈ ਇਹ ਟੋਏ ਚੇ ਕੰਮ ਹੁਣ ਅੱਛਾ ਇੱਕ ਹੋਰ ਦੱਸ ਦਿਓ ਟਾਈਮ ਤਾਂ ਤੁਹਾਡਾ ਬੜਾ ਕੀਮਤੀ ਆ ਇਹ ਜੀ ਕਹਿੰਦੇ ਫਲਾਨਾ ਜਿਹੜਾ ਤਮਾਕੂ ਉੱਚ ਛੀਰੀ ਹੈ ਨਹੀਂ ਇਹ ਹੁੰਦਾ ਹੀ ਕੋੜਾ ਨਾਲੇ ਕੋੜੇ ਨੂੰ ਪਸੰਦ ਕਰਦੇ ਨਾਲੇ ਛੀਰੀ ਜਾਨੀ ਮਿੱਠੇ ਨੂੰ ਇਹ ਕੀ ਹੁੰਦੀ ਗੱਲ ਛੀਰੀ ਬਣਦੀ ਐਸਰਾ ਆ ਹਾਂਜੀ ਤੂੰ ਜੇ ਇਹਨੂੰ ਡੱਬੂ ਦੇ ਉਸਕਾ ਕੇ ਡੱਬੂ ਦੇ ਕੇ ਦੁਬਾਰਾ ਫੇਰ ਇਹਨੂੰ ਸੁਕਾਓ ਹਾਂਜੀ ਸੁਕਾ ਕੇ ਜਦੋਂ ਇਹਦੇ ਵਿੱਚ ਡੰਡੀ ਹਰਿਆਈ ਨਹੀਂ ਰਹਿਣੀ ਸ਼ੀਰੀ ਫੇਰ ਹੀ ਬਣਣੀ ਆ ਨਾ ਅੱਛਾ ਜਦੋਂ ਡੰਡੀ ਹਰੀ ਵਿੱਚ ਆ ਜਾਣੀ ਨੀ ਉਹ ਕੋੜਾ ਵੀ ਹੁੰਦਾ ਤੇ ਮਿੱਠਾ-ਮਿੱਠਾ ਵੀ ਹੁੰਦਾ ਹਾਂਜੀ ਤੇ ਫੇਰ ਹੀ ਸ਼ੀਰੀ ਬਣੇਗੀ ਨਾ ਅੱਛਾ ਇੱਕ ਕਹਿੰਦੇ ਆ ਛੇਤੀ ਮੁੱਕ ਗਿਆ ਇੱਕ ਕਹਿੰਦੇ ਅੱਠ ਪੈਰ ਹੋ ਗਏ ਪਾਇਆ ਮੁੱਕਿਆ ਹੀ ਨਹੀਂ ਉਹ ਮੁਕਦਾ ਇਸੇ ਤੋਂ ਨੀਂ ਉਹ ਕੱਚਾ ਵਿੱਚ ਰਾਜਾਂਦਾ ਉਹ ਛੇਤੀ ਉਹਨੂੰ ਅੱਗ ਲਾਉਂਦੇ ਉਹਨੂੰ ਅੱਗ ਛੇਤੀ ਪੈ ਜਾਣੀ ਆ ਠੀਕ ਹੋ ਗਿਆ ਉਹ ਸੁੱਕਾ ਨਹੀਂ ਹੁੰਦਾ ਗਿੱਲਾ ਹੁੰਦਾ ਬਹੁਤਾ ਅੱਛਾ ਇਹ ਇੱਕ ਮੈਨੂੰ ਦੱਸੋ ਪਨੀਰੀ ਇਹ ਬੀਜੀ ਬੀ ਖੇਤ ਦੇ ਵਿੱਚ ਤੇ ਕਿੰਨੇ ਮਹੀਨੇ ਚ ਪੱਕ ਜਾਂਦਾ ਚਾਰ ਮਹੀਨੇ ਲੈਂਦਾ ਚਾਰ ਮਹੀਨੇ ਖੇਤ ਦੇ ਵਿੱਚ ਰਹਿੰਦਾ ਹਾਂਜੀ ਇਹਨੂੰ ਗੋਡੀਆਂ ਕਰਨੀਆਂ ਪੈਂਦੀਆਂ ਖਾਦ ਵੀ ਪਾਣੀ ਪੈਂਦੀ ਆ ਖਾਦ ਬੜੀ ਕਿਹੜੀ ਡੀਪੀ ਜ਼ੋਰੀਆ ਪोटाਸ਼ ਪोटाਸ਼ ਵੀ ਹਾਂਜੀ ਤੇ ਸਭ ਤੋਂ ਜ਼ਰੂਰੀ ਇਹ ਦੇ ਗੋਡੀਆਂ ਘੱਟ ਹੋ ਜਾਣ ਗੁੱਲ ਸਭ ਤੋਂ ਜ਼ਰੂਰੀ ਆ ਯਾਨੀ ਉਹ ਜਿਹੜੇ ਕੱਚੇ ਜਿਨ੍ਹਾਂ ਨੂੰ ਕੱਚੇ ਤੋੜਨੇ ਉਹ ਜ਼ਰੂਰੀ ਆ ਸਭ ਤੋਂ ਜ਼ਰੂਰੀ ਉਹ ਜਿੰਨੇ ਤੋੜੋਂਗੇ ਉਨੇ ਹੀ ਚੰਗੇ ਆ ਉਨੇ ਹੀ ਸਹੀ ਪੱਤਾ ਵੱਜਦਾ ਅੱਛਾ ਜੀ ਹਾਂਜੀ ਤੇ ਹੋਰ ਉਹ ਤਮਾਕੂ ਤੇ ਅਸਰ ਨਹੀਂ ਕੌੜੇ ਤੇ ਪਾਉਂਦਾ ਉਹਦੇ ਵਜ੍ਹਾ ਤੋਂ ਪੱਤਾ ਨਹੀਂ ਵੱਧਦਾ ਅੱਛਾ ਪੱਤਾ ਵੱਜ ਜਾਂਦਾ ਆ ਕੱਚੇ ਜਿਹਦੇ ਜ਼ਿਆਦਾ ਜ਼ਿਆਦਾ ਤੋੜਨੇ ਚਾਹੀਦੇ ਆ ਫਿਰ ਉਹ ਤਮਾਕੂ ਦਾ ਪੱਤਾ ਵੱਧਦਾ ਠੀਕ ਹੈ ਹੋਰ ਕੋਈ ਬਣਰ ਤੇ ਅਸਰ ਨਹੀਂ ਉਹ ਕਰਦਾ ਅੱਛਾ ਜੀ ਤੇ ਉਹ ਪੱਤੇ ਦਾ ਅਸਰ ਕਰਦਾ ਪਤਾ ਨਹੀਂ ਵਧਣ ਦਿੰਦਾ ਚਲੋ ਜੀ ਹਾਂ ਜੀ ਤਮਾਕੂ ਦੇ ਮਤਲਕ ਜੂ ਜ਼ਰੂਰੀ ਜ਼ਰੂਰੀ ਗੱਲਾਂ ਬਾਤਾਂ ਹੋ ਗਈਆਂ مزید ਕਿਸੇ ਨੂੰ ਚਾਹੀਦਾ ਹੋਵੇ ਗੱਲ ਬਾਤ ਕੋਈ ਪੁੱਛਣੀ ਹੋਵੇ ਕਮੈਂਟ ਦੇ ਵਿੱਚ ਪੁੱਛ ਲੈ ਖਾਲਸ ਸਾਹਿਬ ਜੀ ਮਾਹਰ ਨੇ ਇਸ ਕੰਮ ਦੇ ਬਹੁਤ ਬਹੁਤ ਸ਼ੁਕਰੀਆ ਹਸਦੇ ਰਹੋ ਤੇ ਵਸਦੇ ਰਹੋ ਖੁਸ਼ ਰਹੋ ਤੇ ਖੁਸ਼ ਰਹੋ ਅੱਲਾਹ ਤਾਲਾ ਸਭ ਨੂੰ ਆਸਾਨੀਆਂ ਤਾ ਫਰਮਾਏ ਔਰ ਆਸਾਨੀਆਂ ਵੰਡਣ ਦਾ ਸ਼ਰਫ ਤਾ ਫਰਮਾਏ ਪਾਕਿਸਤਾਨ ਪਾਈਂਦਾ ਬਾਦ ਅਫਵਾਜੇ ਪਾਕਿਸਤਾਨ ਜ਼ਿੰਦਾਬਾਦ